ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਸਰਕਾਰ ਦੁਆਰਾ ਕੱਢੀ ਜਾਣ ਵਾਲੀ ਹਰ ਇੱਕ ਭਰਤੀ ਦੀ ਜਾਣਕਾਰੀ ਲੈਣ ਲਈ ਆ ਤੇ ਪੇਪਰਾਂ ਦੀ ਤਿਆਰੀ ਫ੍ਰੀ ਵਿੱਚ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਚੈਨਲ ਦੇ ਉੱਤੇ ਅਸੀਂ ਪੰਜਾਬ ਟਵਰੀ ਦੇ ਪੇਪਰ ਦੀ ਤਿਆਰੀ ਸਿਲੇਬਸ ਦੇ ਅਕੋਰਡਿੰਗ ਅਤੇ ਟੌਪਿਕ ਵਾਈਜ਼ ਕਰਵਾ ਰਹੇ ਹਾਂ ਜੋ ਤੁਹਾਡਾ ਪੰਜਾਬ ਟਵਰੀ ਦਾ ਸਿਲੇਬਸ ਹੈ ਤੇ ਪੰਜਾਬ ਵਿੱਚ ਹੋਰ ਵੀ ਕਾਫੀ ਪੋਸਟਾਂ ਆ ਰਹੀਆਂ ਐ ਪੀਟ ਰਿਪਲਸਬੀ ਬੋਰਡ ਵੱਲੋਂ 4000 ਦੇ ਕਰੀਬ ਕਲਰਕਾਂ ਦੀ ਭਰਤੀ ਕੀਤੀ ਜਾਣੀ ਹੈ ਉਸ ਦੇ ਲਈ ਵੀ ਤੁਸੀਂ ਤਿਆਰ ਰਹੋ ਉਸ ਪਾਰਟੀ ਲਈ ਤੁਸੀਂ ਟਾਈਪਿੰਗ ਟੈਸਟ ਦੀ ਵੀ ਤਿਆਰੀ ਸ਼ੁਰੂ ਕਰ ਦੋ ਪੰਜਾਬੀ ਤੇ ਇੰਗਲਿਸ਼ ਦੀ ਟਾਈਪਿੰਗ ਟੈਸਟ ਦੀ ਤਿਆਰੀ ਪਹਿਲਾਂ ਤੁਹਾਡਾ ਪੇਪਰ ਹੋਣਾ ਹੈ ਉਸ ਤੋਂ ਬਾਅਦ ਟਾਈਪਿੰਗ ਟੈਸਟ ਹੋਣਾ ਹੈ ਠੀਕ ਹੈ ਇਸ ਵੀਡੀਓ ਵਿੱਚ ਮੈਂ ਕਰੰਟ ਅਫੇਅਰ ਦੇ ਮੋਸਟ ਇੰਪੋਰਟੈਂਟ ਕੁਐਸਚਨ ਲੈ ਕੇ ਆਇਆ ਹਾਂ ਜਨਵਰੀ 2021 ਦੇ ਜਿੰਨੇ ਵੀ ਕਰੰਟ ਅਫੇਅਰ ਦੇ ਕੁਐਸਚਨ ਬਣਦੇ ਆ ਜਨਵਰੀ ਮਹੀਨੇ ਦੇ ਉਹ ਸਾਰੇ ਮੈਂ ਲੈ ਕੇ ਆਇਆ ਹਾਂ ਤੇ ਨਾਲ ਜੀਕੇ ਦੇ ਜੋ ਵੀ ਕੁਐਸਚਨ ਬਣਦੇ ਆ ਠੀਕ ਹੈ ਚਲੋ ਸ਼ੁਰੂ ਕਰਦੇ ਆ ਵੀਡੀਓ ਨੂੰ ਇੱਕ ਵਿਰਾਸਤ ਨੂੰ ਅਪਣਾਓ ਇੱਕ ਯੋਜਨਾ ਲਾਗੂ ਕੀਤੀ ਗਈ ਹੈ ਕਿਸ ਮੰਤਰਾਲੇ ਦੁਆਰਾ ਕੀਤੀ ਗਈ ਹੈ ਇਸ ਦਾ ਸਹੀ ਆਨਸਰ ਹੈ ਸੱਭਿਆਚਾਰ ਮੰਤਰਾਲਾ ਅਗਲਾ ਕੁਐਸਚਨ ਕਿਸ ਸੰਗਠਨ ਨੇ ਡੇਟਿੰਗ ਐਪਲੀਕੇਸ਼ਨਾਂ ਰਾਹੀਂ ਨਿਵੇਸ਼ ਦੀ ਧੋਖਾਧੜੀ ਵਿਰੁੱਧ ਮੈਂਬਰ ਦੇਸ਼ਾਂ ਨੂੰ ਜਾਮਨੀ ਨੋਟਿਸ ਜਾਰੀ ਕੀਤਾ ਹੈ ਰਾਈਟ ਆਨਸਰ ਹੋ ਜਾਏਗਾ ਇੰਟਰਪੋਲ অপਸ਼ਨ ਡੀ ਐਸਟੋਨੀਆ ਜਿਸ ਨੂੰ ਹਾਲ ਹੀ ਵਿੱਚ ਖਬਰਾਂ ਵਿੱਚ ਦੇਖਿਆ ਗਿਆ ਸੀ ਉਹ ਕਿਸ ਮਹਾਦੀਪ ਵਿੱਚ ਹੈ ਸਹੀ ਆਨਸਰ ਹੈ ਯੂਰਪ ਦੇ ਵਿੱਚ ਆਪਸ਼ਨ ਬੀ ਨੈਕਸਟ ਕੁਐਸਚਨ ਕਿਸ ਭਾਰਤੀ ਰਾਜ ਨੇ 25 ਜਨਵਰੀ 2021 ਨੂੰ ਆਪਣਾ ਗੋਲਡਨ ਜੁਬਲੀ ਰਾਜ ਦਿਵਸ ਮਨਾਇਆ ਹੈ ਇਸ ਦਾ ਸਹੀ ਆਨਸਰ ਹੋ ਜਾਏਗਾ ਹਿਮਾਚਲ ਪ੍ਰਦੇਸ਼ ਆਪਸ਼ਨ ਸੀ ਹਿਮਾਚਲ ਪ੍ਰਦੇਸ਼ ਨੇ 25 ਜਨਵਰੀ 2021 ਨੂੰ 골ਡਨ ਜੁਬਲੀ ਰਾਜ ਦਿਵਸ ਮਨਾਇਆ ਹੈ ਯਾਦ ਰੱਖਿਓ ਆ ਸਕਦਾ ਪੇਪਰ ਦੇ ਵਿੱਚ ਨੈਕਸਟ ਕੁਐਸਚਨ ਹੈ ਨੈਸ਼ਨਲ ਪੈਨਸ਼ਨ ਸਿਸਟਮ ਦਾ ਪ੍ਰਬੰਧਨ ਕਿਸ ਸੰਗਠਨ ਦੁਆਰਾ ਕੀਤਾ ਜਾਂਦਾ ਹੈ ਸਹੀ ਉੱਤਰ ਹੋ ਜੇਗਾ অপਸ਼ਨ ਬੀ ਪੀਐਫ ਆਰਡੀਏ ਅਗਲਾ ਕੁਐਸਚਨ ਕਿਸ ਸੰਸਥਾ ਨੇ असमानता वायरस सरलेख रिपोर्ट जारी की है सही आंसर आक्सफैम इंटरैशनल ऑप्शन डी सी एस आई आर एन आई आई एस टी जिसने सिंगल जूजल प्लास्टिक दिपल विकल्पिक ਟੈਕਨੋਲੋਜੀ ਦੀ ਖੋਜ ਕੀਤੀ ਹੈ ਕਿਸ ਰਾਜ ਵਿੱਚ ਸਥਿਤ ਹੈ ਸਹੀ ਉੱਤਰ ਹੈ ਇਸ ਦਾ ਕੇਰਲ ਦੇ ਵਿੱਚ 2021 ਵਿੱਚ ਕਿਸ ਦੇਸ਼ ਦੀ ਆਰਮ ਫੋਰਸਜ਼ ਨੇ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲਿਆ ਸੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਆ ਸਕਦਾ ਪੇਪਰ ਦੇ ਵਿੱਚ 26 ਜਨਵਰੀ ਨੂੰ ਜਿਹੜੀ ਪਰੇਡ ਹੋਈ ਸੀ ਉਸ ਦੇ ਵਿੱਚ ਕਿਹੜੀ ਕੰਟਰੀ ਦੀ ਫੌਜ ਨੇ ਹਿੱਸਾ ਲਿਆ ਸੀ ਸਹੀ ਆਨਸਰ ਬੰਗਲਾਦੇਸ਼ ਯਾਦ ਰੱਖਿਓ অপਸ਼ਨ ਬੀ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਕਿਹੜਾ ਭਾਰਤੀ ਸ਼ਹਿਰ ਅੰਤਰਰਾਸ਼ਟਰੀ ਫਿਲਮ ਉਤਸਵ ਦੇ 51ਵੇਂ ਸੰਸਕਰਣ ਦੀ ਮੇਜ਼ਬਾਨੀ ਕਰ ਰਿਹਾ ਹੈ इसका सही आंसर है गोवा ऑप्शन ए अगला क्वेश्चन है किस संगठन ने एजिंग वाटर बुनियादी ढांचा एक उभरदा ग्लोबल जोखम सरलेख हेठ एक रिपोर्ट जारी की है यूनाइटेड नेशन यूएन जाने के ऑप्शन ए राइट आंसर हो जाएगा ਕਿਹੜੇ ਦੇਸ਼ ਨੇ ਹਾਲ ਹੀ ਵਿੱਚ ਮਲਾਲਾ ਯੂਸਫਜ਼ਈ ਸਕਾਲਰਸ਼ਿਪ ਬਿਲ ਪਾਸ ਕੀਤਾ ਹੈ? ਸੰਯੁਕਤ ਰਾਜ ਅਮਰੀਕਾ ਮਲਾਲਾ ਯੂਸਫਜ਼ਈ ਦਾ ਸਬੰਧ ਕਿਹੜੇ ਦੇਸ਼ ਨਾਲ ਹੈ? ਪਾਕਿਸਤਾਨ ਨਾਲ ਤੇ ਮਲਾਲਾ ਯੂਸਫਜ਼ਈ ਨੂੰ ਨੋਬਲ ਪ੍ਰਾਈਜ਼ ਕਦੋਂ ਮਿਲਿਆ ਸੀ? 2014 ਦੇ ਵਿੱਚ ਨੋਬਲ ਪੀਸ ਨੋਬਲ ਪ੍ਰੀਸ ਪੀਸ ਪ੍ਰਾਈਜ਼ ਮਿਲਿਆ ਸੀ ਮਲਾਲਾ ਯੂਸਫਜ਼ਈ ਨੂੰ 2014 ਦੇ ਵਿੱਚ ਯਾਦ ਰੱਖਿਓ ਤੇ ਕਿਸ ਨਾਲ ਜੁਆਇੰਟ ਮਿਲਿਆ ਸੀ ਕਿਲਾਸ਼ ਸਤਿਆਰਤੀ ਨਾਲ ਸ਼ਾਂਤੀ ਪੁਰਸਕਾਰ ਮਿਲਿਆ ਸੀ ਮਲਾਲਾ ਯੂਸਫ ਜ਼ੈਈ ਨੂੰ ਤੇ ਮਲਾਲਾ ਯੂਸਫ ਜ਼ੈਈ ਸਭ ਤੋਂ ਘੱਟ ਉਮਰ ਦੀ ਹੈ ਸ਼ਾਂਤੀ ਪ੍ਰਾਈਜ਼ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਯਾਦ ਰੱਖਿਓ ਆਸਕਲ ਦਾ ਪੇਪਰ ਦੇ ਵਿੱਚ ਨੈਕਸਟ ਕੁਐਸਚਨ ਅਮ੍ਰਿਤ ਮਹੋਤਵ ਜੋ ਹਾਲੀ ਵਿੱਚ ਖਬਰਾਂ ਵਿੱਚ ਦੇਖਿਆ ਗਿਆ ਸੀ ਕਿਸ ਦੇਸ਼ ਕਿਸ ਸਮਾਗਮ ਦਾ ਜਸ਼ਨ ਹੈ ਰਾਈਟ ਆਨਸਰ ਹੈ ਇਸ ਦਾ অপਸ਼ਨ ਬੀ ਭਾਰਤੀ ਆਜ਼ਾਦੀ ਦਾ 75ਵਾਂ ਸਾਲ ਕੋਟਯਮ ਜਿੱਥੇ H5N5 avian influenza ਦੀ ਹਾਲੀ ਵਿੱਚ ਪੁਸ਼ਟੀ ਕੀਤੀ ਗਈ ਹੈ ਕਿਸ ਰਾਜ ਵਿਸਥਿਤ ਹੈ ਸਹੀ ਆਨਸਰ ਹੈ ਕੇਰਲ ਦੇ ਵਿੱਚ ਮिन्नੂ ਸਾਮਾ ਕੀ ਹੈ ਜੋ ਹਾਲੇ ਵਿੱਚ ਖਬਰਾਂ ਵਿੱਚ ਸੀ ਰਾਈਟ ਆਨਸਰ অপਸ਼ਨ ਸੀ ਮਾਲੀ ਵਿੱਚ ਸੰਯੁਕਤ ਰਾਸ਼ਟਰ ਦਾ ਵਿਸਕੀਪਿੰਗ ਮਿਸ਼ਨ ਨੈਕਸਟ ਹੈ ਕਿਸ ਸੰਗਠਨ ਨੇ ਹਾਲ ਹੀ ਵਿੱਚ ਆਪਣੀ ਆਲ ਮੈਲਾ ਟੀਮ ਨੂੰ ਸੰਭਾਵਿਤ ਡਿਊਟੀਆਂ ਲਈ ਤਾਇਨਾਤ ਕੀਤਾ ਹੈ ਰਾਈਟ ਆਨਸਰ অপਸ਼ਨ ਸੀ ਰਾਸ਼ਟਰੀ ਆਪਦਾ ਜਵਾਬ ਫੰਡ ਦਾ ਮੇਕਿੰਗ ਆਫ ਆਧਾਰ ਵਿਸ਼ਬਦ ਦਾ ਸਭ ਤੋਂ ਵੱਡਾ ਪਛਾਣ ਪਲੇਟਫਾਰਮ ਸਰਲੇਖ ਵਾਲੀ ਕਿਤਾਬ ਦਾ ਲੇਖਕ ਕੌਣ ਹੈ राम सेवक शर्मा पेपर ਵਿੱਚ ਆ ਸਕਦਾ ਏ ਯਾਦ ਰੱਖਿਓ ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ ਦੁਆਰਾ ਅਧਿਕਾਰਿਤ ਭਾਰਤ ਦਾ ਪਹਿਲਾ ਗੈਸ ਐਕਸਚੇਂਜ ਕਿਹੜਾ ਹੈ ਇੰਡੀਆ ਗੈਸ ਐਕਸਚੇਂਜ অপਸ਼ਨ A ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਸਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ ਪ੍ਰਧਾਨ ਚੁਣੇ ਗਏ ਨਾਜ਼ਤ ਸਮੀਮ ਖਾਨ ਕਿਸ ਦੇਸ਼ ਨਾਲ ਸੰਬੰਧਿਤ ਹਨ ਸਯੁਕਤ ਰਾਫੀਜ਼ਨਰ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਜਾਰੀ ਕੀਤੇ ਅਨੁਸਾਰ ਵਿਗਿਆਨਿਕ ਪ੍ਰਸ਼ਾਸਨਾ ਦੀ ਗਿਣਤੀ ਵਿੱਚ ਭਾਰਤ ਦਾ ਕੀ ਸਥਾਨ ਹੈ ਸਹੀ ਅਨਸਰ ਹੈ ਤੀਜਾ ਯਾਦ ਰੱਖਿਓ অপਸ਼ਨ ਬੀ ਰਾਈਟ ਆਨਸਰ ਕਿਹੜਾ ਦੇਸ਼ ਆਲੀ ਵਿੱਚ ਓਪਨ ਆਕਾਸ਼ ਸੰਧੀ ਵਿੱਚੋਂ ਬਾਹਰ ਆਇਆ ਸੀ ਇਸ ਦਾ ਸਹੀ ਉੱਤਰ ਹੈ ਰੂਸ ਇਹ ਕਾਫੀ ਇੰਪੋਰਟੈਂਟ ਕੁਐਸਚਨਸ ਸੀ ਸਾਰੇ ਹੀ ਠੀਕ ਹੈ ਪੇਪਰ ਵਿੱਚ ਇਹਨਾਂ ਵਿੱਚੋਂ ਹੀ ਤੁਹਾਨੂੰ ਆ ਜਾਣਾ ਕੋਈ ਨਾ ਕੋਈ ਕੁਐਸਚਨ ਤੇ ਪਲੇਲਿਸਟ ਮੈਂ ਬਣਾਈ ਹੋਈ ਹੈ ਟੋਪਿਕ ਵਾਈਜ਼ ਤੁਸੀਂ ਚੈਨਲ ਦੇ ਆਈਕਨ ਦੇ ਉੱਤੇ ਕਲਿੱਕ ਕਰਕੇ ਉੱਪਰ অপਸ਼ਨਸ ਆਉਣਗੇ ਉੱਥੇ ਜਾ ਕੇ ਪਲੇਲਿਸਟਸ ਦੇਖ ਲਿਓ ਹਰ ਇੱਕ ਟੋਪਿਕ ਦੀ ਮੈਂ ਪਲੇਲਿਸਟ ਬਣਾਈ ਹੋਈ ਹੈ ਲਗਭਗ ਮੈਥ ਤੇ ਰੀਜ਼ਨਿੰਗ ਤੋਂ ਇਲਾਵਾ ਉਹ ਸਾਰਾ ਤੁਸੀਂ ਦੇਖ ਲਿਓ ਕਿਉਂਕਿ ਪੇਪਰ ਦੇ ਵਿੱਚ ਬਹੁਤ ਹੀ ਘੱਟ ਟਾਈਮ ਰਹਿ ਗਿਆ ਏ ਤੇ ਦਿਨ ਰਾਤ ਇੱਕ ਕਰਨਾ ਚਾਹੀਦਾ ਤੁਹਾਨੂੰ ਇਸ ਟਾਈਮ ਤੋਂ ਜੇ ਤੁਸੀਂ ਪਟਵਾਰੀ ਲੱਗਣਾ ਹੈ ਠੀਕ ਆ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ